ना तो जीरकपुर के लोग पसंद कर रहे हैं, ना खाट के लोग पसंद कर रहे हैं, तो मोहाली के भी पसंद नहीं करे। तो किसी तरह भी ये सरकार का फैसला जायज नहीं होगा। पर जे सरकार ने बेसमझी वाली गल की, लोगों की सोच तो उल्ट चल के यत्न किया, तो उसका खमियाजा भुगतना पड़ेगा सरकार को। हाल ही के पंजाब विधानसभा का विशेष सदन बुलाया गया। सदन तो बाद लगातार पंजाब सरकार वालों सत्ताधारी पार्टी वालों वड्डे फैसले लए जा रहे हैं, जिस के तहत हुण गल आखी जा रही है कि नगर निगम का विस्तार किया जाएगा, जिसके चलते हुए चाहे गल करिए खरड़ की, चाहे गल करिए कुराली की, या फिर गल करिए जीरकपुर की, तीन विधानसभा हल्के ने जिहड़े, इन्हां नूं इक्को जगह पर इकट्ठा किया जाए। किस तरीके का सरकार का यह फैसला है, इस संबंधी मेरे नाल गलबात करन दे लई मेरे नाल हाजिर ने सीनियर अकाली आगू प्रोफेसर प्रेम सिंह चंदूबागरा जी। सर, किस तरीके दे नाल देखते हो कि नगर निगम का जिहड़ा विस्तार करन दी गल आखी गई है, नोटिफिकेशन कढ़े गए ने अखबारों के वख-वख जिहड़ियां खबरां ने वो भी तुसीं पढ़ियां ने, किस तरीके नाल देखदे हो इस सारे मामले नूं? अजे नोटिफिकेशन तो नहीं कोई आया, अजे तो क्यास रहीआं ने, कंसोआं ने, अखबारां दीआं सुरखियां ने, ते एक किस्म दी शंके भी ने, ते सरकार किसे तरह हलचल भी है। असीं सारी डिटेल मंगा रहे हैं, मतलब लोकल बॉडी डिपार्टमेंट तों। कल 3 बजे वैसे प्रेस कॉन्फ्रेंस रखी अकाली दल के दफ्तर के मोहाली दी कारपोरेशन के बीच खाड़ ते जीरकपुर मर्जर किया जा रहा जी। सरकार का की मंश है तो सरकार ही दसे, पर सरकार की आदत आ कहने ना भी अगर दौड़ पिछा चौड़ा ही जी। सरकार का एक सुभाव बन गया कि असली मुद्दे सरकार तो सुलझाए नहीं जा रहे। जिहड़े ऑलरेडी सिस्टम चल रहे, ऑलरेडी सैटअप आ, ਉਹਨੂੰ ਤਾਂ ਚਲਾਇਆ ਨਹੀਂ ਜਾ ਰਿਹਾ ਜੀ। ਅਤੇ ਉਹਨੂੰ ਉਧੇੜ ਕੇ, ਉਹਨੂੰ ਢਾ ਕੇ, ਆਪਣਾ ਮਾਰਕਾ ਚਮਕਾ ਕੇ, ਨਵੀਂ ਨਵੀਂ ਵਿਉਂਤਬੰਦੀ ਕਰਕੇ ਸਰਕਾਰ ਡੰਗ ਟਪਾ ਰਹੀ ਹੈ, ਜੇ ਕੇਵਲ ਅਤੇ ਕੇਵਲ ਸੁਰਖੀਆਂ 'ਚ ਰਹਿਣ ਲਈ। ਸੋ ਮੈਂ ਸਮਝਦਾ ਕਿ ਨਾ ਤਾਂ ਜੀਰਕਪੁਰ ਦੇ ਲੋਕ ਪਸੰਦ ਕਰ ਰਹੇ ਨੇ, ਨਾ ਖਾੜ ਦੇ ਲੋਕ ਪਸੰਦ ਕਰ ਰਹੇ ਨੇ, ਅਤੇ ਮੋਹਾਲੀ ਦੇ ਵੀ ਪਸੰਦ ਨਹੀਂ ਕਰਨਗੇ ਜੀ। ਸੋ ਕਿਸੇ ਤਰ੍ਹਾਂ ਵੀ ਇਹ ਸਰਕਾਰ ਦਾ ਫੈਸਲਾ ਜਾਇਜ਼ ਨਹੀਂ ਹੋ ਗਿਆ ਜੀ। ਚੰਗਾ ਸਭ ਤੁਸੀਂ ਕਹਿੰਦੇ ਹੋ ਕਿ ਸੁਰੱਖਿਆ ਦੇ ਵਿੱਚ ਆਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ, ਪਰ ਬਾਵਜੂਦ ਇਸ 'ਤੇ ਜੇਕਰ ਨੋਟੀਫਿਕੇਸ਼ਨ ਨਿਕਲ ਜਾਂਦਾ ਹੈਗਾ, ਇਹ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਫਿਰ ਸ਼੍ਰੋਮਣੀ ਅਕਾਲੀ ਦਲ ਦਾ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕੀ ਪੱਖ ਹੋਵੇਗਾ, ਕਿਸ ਤਰੀਕੇ ਦੇ ਨਾਲ ਤੁਸੀਂ ਇਸ ਚੀਜ਼ ਦਾ ਤੁਸੀਂ ਕਹਿ ਕੇ ਵਿਰੋਧ ਕਰੋਗੇ, ਵਿਰੋਧ ਕਿਸ ਤਰੀਕੇ ਨਾਲ ਰਹੇਗਾ? ਉਹ ਗੱਲ ਇਹ ਆ, ਪਹਿਲੀ ਗੱਲ ਤਾਂ ਸਰਕਾਰ ਇਸ ਕਿਸਮ ਦਾ ਕਤਾਈ ਭਰਿਆ ਕਦਮ ਚੁੱਕੇਗੀ ਨਹੀਂ। ਪਰ ਜੇ ਸਰਕਾਰ ਨੇ ਬੇਸਮਝੀ ਵਾਲੀ ਗੱਲ ਕੀਤੀ, ਲੋਕਾਂ ਦੀ ਸੋਚ ਤੋਂ ਉਲਟ ਚੱਲ ਕੇ ਯਤਨ ਕੀਤਾ, ਤਾਂ ਉਹਦਾ ਖਮਿਆਜਾ ਭੁਗਤਣਾ ਪਵੇਗਾ ਸਰਕਾਰ ਨੂੰ। ਮੇਰਾ ਖਿਆਲ ਆ, ਮੈਂ ਪਹਿਲਾਂ ਵੀ ਜਿਵੇਂ ਕਿਹਾ ਵੀ ਬਹੁਤ ਵੱਡਾ ਵਿਦਰੋਹ ਹੋਏਗਾ, ਬੜਾ ਵੱਡਾ ਗੁੱਸਾ ਲੋਕਾਂ 'ਚ ਆਏਗਾ। ਇਹ ਕੰਮ ਸੌਖਾ ਨਹੀਂ ਸਰਕਾਰ ਲਈ, ਨਾ ਹੀ ਲੋਕਾਂ ਦੇ ਹਿੱਤ ਦਾ। ਪਰ ਸਰ, ਇਸ ਆਪਣੀ ਸਾਰੀ ਸਿਆਸੀ ਬੂਝ ਦੇ ਚਲਦੇ, ਸੂਝਬੂਝ ਦੇ ਚਲਦੀ ਹੋਈ, ਕੀ ਮੰਨਦੇ ਹੋ ਕਿ ਸਰਕਾਰ ਦੀ ਇਸ ਦੇ ਪਿੱਛੇ ਜਿਹੜੀ ਮਨਸ਼ਾ ਉਹ ਕੀ ਹੋ ਸਕਦੀ ਹੈ? ਸਰਕਾਰ ਤਾਂ ਪਹਿਲਾਂ ਸਰਕਾਰ ਹੀ ਦੱਸੇ ਵੀ ਸਰਕਾਰ ਦੀ ਕੀ ਮਨਸ਼ਾ, ਪਰ ਅਸੀਂ ਕਹਿ ਸਕਦੇ ਹਾਂ ਵੀ ਇਹ ਸਰਕਾਰ ਮਤਲਬ ਸੂਬੇ ਦੇ ਜਾਂ ਲੋਕਾਂ ਦੇ ਹਿੱਤ 'ਚ ਨਹੀਂ ਹੋਊਗੀ ਜੀ। ਧੰਨਵਾਦ ਜੀ। ਸੋ ਬਿਲਕੁਲ, ਸ਼੍ਰੋਮਣੀ ਅਕਾਲੀ ਦਲ ਨੇ ਜਿਸ ਤਰੀਕੇ ਦੇ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਬਾਦਰਾ ਜੀ ਨੇ ਆਪਣਾ ਜਿਹੜਾ ਹੈਗਾ ਪੱਖ ਕਲੀਅਰ ਕੀਤਾ ਹੈ ਕਿ ਸਰਕਾਰ ਦੇ ਇਸ ਮਨਸੂਬੇ ਨੂੰ ਜਿਹੜਾ ਬੂਰ ਨਹੀਂ ਪੈਣ ਦਿੱਤਾ ਜਾਵੇਗਾ, ਸ਼੍ਰੋਮਣੀ ਅਕਾਲੀ ਦਲ ਡਟ ਕੇ ਇਸਦਾ ਵਿਰੋਧ ਕਰੇਗਾ। ਪਰ ਹਾਲ ਦੀ ਘੜੀ ਦੇ ਵਿੱਚ, ਕਿਉਂਕਿ ਨੋਟੀਫਿਕੇਸ਼ਨ ਜਿਹੜਾ ਹੈਗਾ ਜਾਰੀ ਨਹੀਂ ਹੋਇਆ, ਉਸਦੇ ਚੱਲਦੇ ਹੋਏ ਇਹਨਾਂ ਸਾਰੀਆਂ ਚੀਜ਼ਾਂ 'ਤੇ ਜਿਹੜੀ ਨਜ਼ਰ ਰੱਖਣੀ ਲਾਜ਼ਮੀ ਬਣੀ ਰਹੇਗੀ। ਕੈਮਰਾਮੈਨ ਰਿਸ਼ਵਿੰਦਰ ਦੇ ਨਾਲ ਮੈਂ ਹਰਦੀਪ ਕੌਰ ਵਿਰਕ, ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ ਮੋਹਾਲੀ।